2015 ਦੇ ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਸੀ। ਉਸ ਸਮੇਂ ਪੰਜਾਬ ਵਿੱਚ ਵੱਡੀ ਪੱਧਰ ਤੇ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ। ਪਰ ਖਾਸ ਤੌਰ ਤੇ ਮੈਂ ਸਮਝਦਾ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਜਦੋਂ ਲੋਕ ਇਨਸਾਫ ਮੰਗਣ ਲਈ ਧਰਨਾ ਲਾਈ ਬੈਠੇ ਸੀ ਤਾਂ ਦੋ ਨੌਜਵਾਨਾਂ ਨੂੰ ਜਿਹੜਾ ਹੈਗਾ ਪੰਜਾਬ ਪੁਲਿਸ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ, ਦੋ ਨੌਜਵਾਨ ਸ਼ਹੀਦ ਕਰ ਦਿੱਤਾ। ਔਰ ਉਸ ਸਮੇਂ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ। ਲਗਾਤਾਰ 2017 ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਰਹੀ। ਪਰ ਲੇਕਿਨ ਉਸ ਤੋਂ ਬਾਅਦ 2017 ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਨੇ ਕੈਪਟਨ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਜਿਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਾਂਗੇ, ਉਹਨਾਂ ਨੂੰ ਜੇਲ੍ਹ 'ਚ ਭੇਜਾਂਗੇ ਔਰ ਪੰਜਾਬ ਨੂੰ ਇਨਸਾਫ ਦੇਵਾਂਗੇ, ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦੇਵਾਂਗੇ। ਪਰ ਲੇਕਿਨ ਅਫਸੋਸ ਅੱਜ 4 ਸਾਲਾਂ ਬਾਅਦ ਵੀ ਕਿਸੇ ਨੂੰ ਹੈਗਾ ਨਾ ਜੇਲ੍ਹ ਭੇਜਿਆ ਗਿਆ, ਨਾ ਕੋਈ ਸਜ਼ਾ ਹੋਈ ਆ, ਨਾ ਪੰਜਾਬ ਨੂੰ ਇਨਸਾਫ ਮਿਲਿਆ। ਅੱਜ 4 ਸਾਲਾਂ ਬਾਅਦ ਇੱਕ ਸਾਡੀ ਮਾਨਯੋਗ ਹਾਈਕੋਰਟ ਦਾ ਫੈਸਲਾ ਆਇਆ ਗਾ ਜਿਸ ਫੈਸਲੇ ਦੇ ਰਾਹੀਂ ਜਿਹੜੀ ਸਿੱਟ ਆ ਉਹ ਵੀ ਰੱਦ ਕਰ ਦਿੱਤੀ ਗਈ ਆ ਔਰ ਸਿੱਟ ਦੀ ਰਿਪੋਰਟ ਵੀ ਰੱਦ ਕਰ ਦਿੱਤੀ ਗਈ ਆ। ਇਸ ਗੱਲ ਸਾਬਤ ਕਰਦੀ ਆ ਕਿ ਪੰਜਾਬ ਸਰਕਾਰ, ਕੈਪਟਨ ਸਾਹਿਬ, ਉਹਨਾਂ ਦਾ ਆਫਿਸ, ਉਹਨਾਂ ਦਾ ਐਡਵੋਕੇਟ ਜਨਰਲ ਦਾ ਆਫਿਸ, ਐਡਵੋਕੇਟ ਜਨਰਲ ਖੁਦ ਜਿਹੜਾ ਹੈਗਾ ਉਹ ਦੋਸ਼ੀਆਂ ਨੂੰ ਬਚਾ ਰਹੇ ਨੇ ਗੇ, ਕਿਉਂਕਿ ਇੱਕ ਦੋਨਾਂ ਪਾਰਟੀਆਂ ਦਾ, ਦੋਨਾਂ ਪਰਿਵਾਰਾਂ ਦਾ ਇੱਕ ਸਮਝੌਤਾ ਹੈਗਾ, ਸਮਝੌਤਾ ਹੋਇਆ ਹੋਇਆ ਹੈਗਾ ਕਿ ਤੁਸੀਂ ਸਾਨੂੰ ਬਚਾਓ, ਅਸੀਂ ਤੁਹਾਨੂੰ ਬਚਾਵਾਂਗੇ। ਉਸ ਸਮਝੌਤੇ ਦੇ ਤਹਿਤ ਕੈਪਟਨ ਸਾਹਿਬ ਦੋਸ਼ੀਆਂ ਨੂੰ ਬਚਾ ਰਹੇ ਨੇ ਗੇ, ਐਡਵੋਕੇਟ ਜਨਰਲ ਦਾ ਆਫਿਸ ਕੈਪਟਨ ਦੋਸ਼ੀਆਂ ਨੂੰ ਬਚਾ ਰਿਹਾ ਹੈਗਾ, ਪੰਜਾਬ ਦੀ ਜਿਹੜੀ ਸਰਕਾਰੀ ਮਸ਼ੀਨਰੀ ਆ ਉਹ ਦੋਸ਼ੀਆਂ ਨੂੰ ਬਚਾ ਰਹੀ ਆ। ਮੈਂ ਸਮਝਦਾ ਕੈਪਟਨ ਸਾਹਿਬ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਬਤੌਰ ਹੋਮ ਮਿਨਿਸਟਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੇ ਨੇ, ਬੁਰੀ ਤਰ੍ਹਾਂ ਫੇਲ ਰਹੇ ਨੇ। ਗੁਟਕਾ ਸਾਹਿਬ ਦੀ ਸੌਂਹ ਖਾਧੀ ਸੀ, ਗੁਟਕਾ ਸਾਹਿਬ ਦੀ ਸੌਂਹ ਖਾ ਕੇ ਵੀ ਝੂਠ ਬੋਲਿਆ ਉਹਨੇ ਅੱਜ। ਸੋ ਦੂਜੇ ਪਾਸੇ ਐਡਵੋਕੇਟ ਜਨਰਲ ਦਾ ਆਫਿਸ ਆ, ਅਤੁਲ ਲੰਦਾ ਜੀ ਦਾ ਆਫਿਸ ਆ, ਅਤੁਲ ਲੰਦਾ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਕਿਉਂਕਿ ਇੱਕ ਵੀ ਕੇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਇੱਕ ਵੀ ਕੇਸ ਜਿਹੜਾ ਹੈਗਾ ਪੰਜਾਬ ਸਰਕਾਰ ਜਿੱਤ ਨਹੀਂ ਸਕੀ, ਨਾ ਹਾਈਕੋਰਟ ਦੇ ਵਿੱਚ, ਨਾ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਪੁਖਤਾ ਸਬੂਤ ਜਿਹੜੇ ਹੁੰਦੇ ਨੇਗੇ ਉਹਨਾਂ ਨੂੰ ਐਡਵੋਕੇਟ ਜਨਰਲ ਜਿਹੜਾ ਹੈਗਾ ਵਿਦਹੈਂਡ ਕਰ ਲੈਂਦਾ, ਲੁਕੋ ਲੈਂਦਾ ਹੈਗਾ। ਉਹ ਸਬੂਤ ਹਾਈਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ, ਉਹ ਸਬੂਤ ਜਿਹੜੀ ਆ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ, ਤਾਂ ਹੀ ਜਾ ਕੇ ਜਿਹੜਾ ਦੋਸ਼ੀਆਂ ਨੂੰ ਰਾਹਤ ਮਿਲਦੀ ਆ। ਸੋ ਮੈਂ ਸਮਝਦਾ ਇਹਦੇ ਲਈ ਅਤੁਲ ਲੰਦਾ ਜੀ ਜ਼ਿੰਮੇਵਾਰ ਨੇ, ਇਹਦੇ ਲਈ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰ ਆ, ਕੈਪਟਨ ਸਾਹਿਬ ਜ਼ਿੰਮੇਵਾਰ ਆ, ਦੋਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।